यजीदियत आले मुहम्मद दे दुश्मन ते लानत, पाक सैयदा दे दुश्मन कातला ते लानत, पाक सैनी दी आमद ते अखी बंद करके सलवात पढ़ो। अल्लाहुम्मा सल्ले अला मुहम्मद व आले मुहम्मद। माशाअल्लाह ला हौल वला कुव्वता इल्ला बिल्लाहिल अलियिल अज़ीम। बिस्मिल्लाहिर रहमान रहीम। अल्हम्दुलिल्लाह रब्बिल आलमीन वल आकिबतु लिल मुत्तकीन वल जन्नतु लिल मोमिनीन वन नारु लिल काफिरीन वल मुनाफिकीन। सलातो वसलाम अला अशरफिल अंबिया वल मुरसलीन वसलाम अला सैयदतिल जलीलतिल मकदूमत। जदा वसदी हई तो नबियां दे सरदार उठी के तालीम करे दे आन, जले रोमन दी नियत ते आयो यकीनन सारे मुकानी पार के आयो। महरूमत जड़ा लुटिए चिट्टा दिया मैं सदके थी आन मेरा से अभी हा बाबे दे बाद रोंदी वाला ये वाजिब समय के सलवा हुसैन गरीब मजलूम सैयदा दैदा निजा करा बर्बाद गया है ते अते पौर मैडी मादा मैं जिगर दे जख्म ते हाथ रख के बंद किया श्याम दे रात वदी हो ये मेरे चौथे इमाम अली ज़ैनुल आबिदीन दी हसीन कमीने दड़े के पे फरमाए दिन ते समझे है इको भुल गया हो सी बाजार चटुरना मादा यो सोच के आया है होन बोल गया हो सी ते सजाद नो कतल। बिस्मिल्लाह ए मेरा ओ गयूर इमाम है जड़ां दे शाम दे अमन निभा के वतन दे वल्लाह हर वेले रात रोवेया पूरे मुल्क दिन उम्मीद किए मैं अमन पढ़न कहंदी है निकलिए कह चुप करके सुना इंसाफ ना दसाओ शाम अमन होवे ना असा 1400 साल बाद मिट्टियां ते बह के इवें ना रोवां। ओ जवानो मेरे इमाम दी कह परदादार दे बुरके ते निगाह पवेया आलिया भुखी दा लुट्टा बुरका याद करके रात रोवे ना। बिस्मिल्लाह बिस्मिल्लाह ठंडे पानी ते निगाह पवेया बाबे मदलों ता याद करके कौन रोवे ना कै जवानो सिर पैंदा देखेया अली अकबर दे लुटे सिर याद करके कौन रोवेया। महात्मियो कह मेहमान दी खिदमत करे ना तरा तरोवे ना खुदा गवाह एक दी यो जिया मेहमान आया है जैंदे चेहरे ते निकाह भाई जिवें बाकर दे बाबे डिठाया उठा मुसल्ले तू उठाया नौकरां दुड़े के पे फरमाइंदन जेड़ा सामने पिया आंदा है मेरा खास मेहमान है आवाज आंदा है तुसां तकलीफ नहीं करनी इंदे किते शरबत मैं आप के नाजां इंदे किते खाना मैं आप के नाजां। ओ जवान
ਮਾਨੋ ਮੇਰੇ ਇਮਾਮ ਮਹਿਮਾਨ ਨੂੰ ਦਸਤਰਖਾਨ ਤੇ ਬੁਲਾਇਆ ਹੈ ਆਪ ਘਰ ਦੇ ਪਾਸੇ ਤੁਰ ਪੈਣ ਖੁਦਾ ਗਵਾਹ ਅਜੀਬ ਹਾਲਤ ਬਣੀ ਹੋਈ ਹੈ ਰਾਤ ਵੱਧੀ ਹੋਈ ਹੈ ਹਰ ਕਦਮ ਤੇ ਦਿਲ ਸੁਜੇ ਦੇ ਵਜਨ ਕਿਵੇਂ ਦਸਾਵਾਂ ਮਹਿਮਾਨ ਕੌਣ ਸਦਕੇ ਸਦਕੇ ਸਯਾਦਾ ਦਾ ਜੇ ਦਸਾਵਾਂ ਮੇਰੀ ਮਾਂ ਮਰਨ ਤੋਂ ਪਹਿਲੇ ਮਰ ਵੈਸੀ ਇਹੋ ਸੁਜੇ ਦੇ ਆਂਦੇ ਨਾ ਰਾਤ ਰੋਂਦੇ ਆਂਦੇ ਨਾ ਪਹਿਲਾ ਪਹਿਲਾ ਕਦਮ ਹਵੇਲੀ ਦੇ ਅੰਦਰ ਆਇਆ ਹੈ ਜਿਵੇਂ 72 ਦੇ ਮਾਤਮਦਾਰ ਦਿਖਾਇ ਉਹ ਮੁਸੱਲੇ ਤੋਂ ਉੱਠੀਏ ਬਿਮਾਰ ਪੁੱਤਰ ਦੇ ਗੱਲ ਛਬਾਈ ਜਬਾਦੀਆਂ ਆਵਾਜ਼ ਆਂਦਾ ਰਾਤ ਜੋ ਵੱਧ ਗਈ ਏ ਕੋਈ ਨਮੀ ਸ਼ਾਮ ਹੈ ਬਿਸਮਿਲਲਾ ਬਿਸਮਿਲਲਾ ਸਯਾਦਾ ਦਾ ਨਹੀਂ ਅਮਾ ਸ਼ਾਮ ਨਹੀਂ ਵਜਣਾ ਆਵਾਜ਼ ਆਂਦਾ ਵਾਤੇ ਦੇ ਦੁੱਖੇ ਵੈਣ ਕਰਕੇ ਰਾਤ ਕਿਉਂ ਪਿਆ ਰੋਣਾ ਹੈ ਸਯਾਦਾ ਦਾ ਜੇ ਜ਼ਰੂਰ ਪੁੱਛਣਾ ਵੇ ਮੇਰੇ ਸਾਹਮਣੇ ਮਿੱਟੀ ਤੇ ਬਹਿ ਵੱਜੋ ਆਲੀ ਹੁਸੈਨ ਪੁੱਤਰ ਦੇ ਸਾਹਮਣੇ ਮਿੱਟੀ ਤੇ ਬੈਠੀਏ ਗੈਰਤ ਮਰੀਜ਼ ਮਾਂ ਦੇ ਜ਼ਖਮੀ ਹੱਥ ਬੈਠਾ ਚੁੰਮਦਾ ਹੈ ਤਾਂ ਤਪਿਆ ਨਾ ਚੁੰਮ ਜ਼ਖਮੀ ਹੱਥ ਕੁੱਪਿਆ ਲੀਆ ਤੇ ਰੱਖ ਗੈਰਤ ਦਾ ਸੁਲਤਾਨੇ ਕਿਹੜੀ ਗੱਲ ਸਯਾਦਾ ਦਾ ਜੈ ਅਕਬਰ ਜ਼ੀਨ ਤੋਂ ਅਲਮਾਨ ਓ ਜੈ ਅਕਬਰ ਜ਼ੀਨ ਤੋਂ ਹੈ ਵੋ ਲਾਇਆ ਹਾਵਾ ਅਜੋ ਸਾਦਾ ਮਹਿਮਾਨੇ ਇੱਕੋ ਦੇਖ ਕੇ ਮੈਂ ਕੋ ਯਾਦ ਆ ਗਏ ਤੇ ਕਰਬਲ ਦਾ ਮਾਂ ਤੇਰੇ ਲੁੱਟੇ ਬੁਰਕੇ ਦੀ ਕਸਮ ਮੈਨੂੰ ਇੰਜ ਲੱਗਦਾ ਹੈ ਜਿਵੇਂ ਹੁਣ ਪਿਆ ਲਾਂਦਾ ਮੇਰਾ ਅਕਬਰ ਵੀਰ ਜਵਾਨੇ ਆਲੀਆ ਬੀਬੀ ਰਜਨੀਏ ਆਵਾਜ਼ ਆਉਂਦਾ ਬੱਚਾ ਸਜਾਦ ਤੈਂ ਤਾਂ ਹੁਣ ਮੈਨੂੰ ਦਸਾਇਆ ਹੈ ਮਾਂ ਦਾ ਹੌਸਲਾ ਦੇਗ ਅੱਜ ਕਿਤ ਵੀਰਾ ਤੇ ਜਿੱਦਾਂ ਮੈਂ ਸਮਝਦੀ ਹਾਂ ਤੇਰਾ ਸੋਹਣਾ ਫਿਰਾ ਮੇਰਾ ਮੋਢਾ ਹਲੈਂਦਾ ਹੈ ਆਦਾ ਅੰਮਾ ਮੇਰਾ ਕਾਤਿਲ ਆਵਣ ਵਾਲਾ ਹੈ ਆਦਾ ਅੰਮਾ ਜਿੱਦਾਂ ਮੇਰਾ ਕਾਤਿਲ ਮਹਿਮਾਨ ਆ ਰਵੇ ਸ਼ਰਮ ਨ ਕਰੇ ਬੁਰਕਾ ਪਾ ਕੇ ਦਰਵਾਜ਼ੇ ਤੇ ਲੱਗੀ ਵੰਨੇ ਆਖੇ ਮੇਰੇ ਬਚਲੇ ਦਾ ਕਿਹੜਾ ਕਸੂਰਾ ਸਦਕੇ ਵੰਨਿਆ ਮੇਰੀ ਸੈਨ ਦਾ ਆਵਾਜ਼ ਆਉਂਦਾ 5 ਮਿੰਟ ਇੰਤਜ਼ਾਰ ਕਰ ਬੇਬੇ ਉੱਥੇ ਆਈਏ ਜਿੱਥੇ ਅਲੀ ਅਕਬਰ ਦੀ ਅੰਮਾ ਦੁੱਖੇ ਵਹਿਣ ਬੈਠੀ ਕਰੇ ਦੀ ਆਈ ਉਹ ਮੇਰੀਆਂ ਪਰਦਾਦਾਰ ਮਾਵਾਂ ਤੇ ਬਿਨਾਂ ਤੁਹਾਡੇ ਪਰਦੇ ਸਲਾਮੇ ਤੋਂ ਬਿਨਾਂ ਤੁਹਾਡੇ ਹਿੱਸੇ ਦਾ ਵਹਿਣ ਪਿਆ ਪੜਦਾ ਮੇਰੀ ਸੈਨ ਦੀ ਆਵਾਜ਼ ਆਉਂਦੀ ਹੈ ਅਲੀ ਅਕਬਰ ਦੀ ਅੰਮਾ ਮਹਿਮਾਨ ਤੇਰੇ ਹਿੱਸੇ ਦਾ ਹੈ ਇਹਦੇ ਕਿਤੇ ਸ਼ਰਬਤਾ ਬਣਾ ਇਹਦੇ ਕਿਤੇ ਖਾਣਾ ਪਕਾ ਮੇਰੀ ਸੈਨ ਲੈਲਾ ਪੁੱਤਰ ਦੇ ਕਾਤਲ ਵੱਲ ਤੇ ਸ਼ਰਬਤ ਬੈਠੀ ਬਣਾਉਂਦੀ ਏ ਮੂੰਹ ਕਰਬਲਾ ਦੋ ਫਿਰ ਗਏ ਆਵਾਜ਼ ਆਉਂਦਾ ਮਾਂ ਦਾ ਹੌਸਲਾ ਦੇਖ ਅਜਾ ਮੈਂ ਚੋਖਾ ਜੀਵਣਾ ਓ ਮੈਡਾ ਨਬੀ ਦੀਆਂ ਸ਼ਕਲਾਂ ਦਾ ਬਚਲਾ ਸਾਰੇ ਜੁਮਲੇ ਛੋੜ ਦੇਣਾ ਕਾਫੀ ਸਾਰੇ ਦੀਏ ਕਮੀ ਨਾ ਮਹਿਮਾਨ ਵੀ ਆਏ ਜਿੱਦਾਂ ਟੁਰਨ ਲੱਗਾ ਇਮਾਮ ਦੇ ਕਦਮਾਂ ਤੇ ਝੁੱਕਾ ਹੈ ਮੌਲਾ ਇਜਾਜ਼ਤ ਮੇਰੇ ਇਮਾਮ ਦਾ ਬਾਜ਼ੂ ਪਕੜਾ ਹੈ ਸਜਰਤੁਲ ਵਿਦਾ ਤਾਈ ਗਨ ਗੈਨ ਜ਼ਾਦੇ ਰਾਈ ਦੇ ਹੱਥ ਰੱਖਣੇ ਮਸ਼ਕ ਪਾਣੀ ਦੇ ਦਿੱਤੀ ਹੈ ਆਵਾਜ਼ਾਂ ਦਾ ਗਰਮੀ ਦਾ ਮੌਸਮ ਹੈ ਮਤਾ ਰਾਜ ਪਿਆਸ ਮਜਬੂਰ ਕਰੇ ਰੱਤ ਰੋ ਕੇ ਪਰ ਬਣਨ ਕਿਆ ਹੋਇਆ ਜੋ ਜਲ ਗਿਆ ਹਾਂ ਤਾਂ ਪੂਰੀ ਕਹਿਣਾ ਦਾ ਇਮਾਮ ਜੇ ਸਵਾਰੀ ਆਖੇ ਤਾਂ ਦੇਵਾਂ ਸਵਾਰੀ ਦਾ ਨਾਮ ਆਇਆ ਤੁਰੇ ਜਿਹੜਾ ਸੰਗ ਦੇ ਲਾ ਦਾਰੋ ਕਦਾਰ ਰੋਵੇਂ ਲੱਗ ਗਿਆ ਆਦਾ ਮੌਲਾ ਤੁਸਾਂ ਪਹਿਚਾਣਾ ਕੋਈ ਨਹੀਂ ਅਗਰ ਪਹਿਚਾਣ ਵੰਨੋ ਆ ਨਾ ਖਿਦਮਤ ਕਰੋ ਆ ਨਾ ਸਵਾਰੀ ਦਾ ਪੁੱਛੋ ਆ ਜਿੱਦਾਂ ਬਾਰ ਬਾਰ ਅਖਲ ਪਹਿਚਾਣਾ ਕੋਈ ਨਹੀਂ ਮੇਰੇ ਇਮਾਮ ਦੀ ਰੱਤ ਵਧੀਏ ਇਹਦੇ ਪਾਸੇ ਦੇਖ ਕੇ ਆ ਦਿਨ ਰਾਤ ਰੋਵਣ ਵਾਲੀਆਂ ਅੱਖੀਆਂ ਵਿੱਚ ਮੌਜੂਦ ਤੜੀ ਤਸਵੀਰੇ ਰੱਬ ਜਾਣ ਗੈਰਤ ਮਰੀ ਰਾਖਾ ਕਿਵੇਂ ਤੂੰ ਕਾਤਿਲ ਹੈ ਅਲਮਾਨ ਓ ਤੂੰ ਕਾਤਿਲ ਹੈ ਮੇਰੇ ਵੀਰ ਅਕਬਰ ਦਾ ਤੇਰਾ ਨਾਮ ਹਸੀਨ ਨਮੀਰ ਓ ਤੇਰੀ ਇੱਕ ਬਰਛੀ ਮੇਰੀਆਂ ਤੋਂ ਮਾਵਾਂ ਦੇ ਗਈਏ ਜਿਗਰ ਭਈਆ
मैं तेरे कयामत ताईं मैनू नहीं भुलना जिवें लथा है अकबर वीर कालेमा दा जे पहचान गयो मेरी खिदमत क्यों करें दे रहे हो मैनू कत्ल क्यों ने करें दे पर मैं डर किवें मारा मेरी मजबूरी है अदा मौला केरी मजबूरी लोग क्या देना मेहमान जो है तैनू कुछ नहीं आता पर इतना दस बेदीना केरे जुर्म दे विच मैं जख्मी कीता मेरे वीर अकबर दा सीना जदा जालिम तुले लगा फरमाए दे अकबर वापस वाला अदा मौला हुक्म करो सैयदा दा जदा मेरे भिरा नु बच्छी मारी आवी मेरा अकबर कोई वैन करेंदा या कोई ना अदा अकबर दा वैन न सुनो अगे रात वदा रोना है मत्ता जिगर फट वनी फरमाए दे जमाने दा इमाम मैं जानदा मगर तेरी जबानी सुनना चाहना अदा क्या दसावा जदा तेरे भिरा नु बच्छी मारी आई तेरा अकबर भिरा मैं डो देख के यो को ज्यादा या पर छी काट ओ मैडा प्यो ना देखे बैंदा दर दयाला ददा खाए मैं दिला शतया दुआ है परवरदिगार आलम बेनियाद बादशाह पुरसा हाजरी ड्यूटी नौकरी अपने दरबार च कबूल और मंजूर फरमावे पीर सैयद दरगाह अब्बास शाह साहब दे जितने मरहूमीन ने मालिक जिक्र दा सदका उन्होंने दर्जात बुलंद होवन परवरदिगार आलम जिक्र दा सदका बाबा जी दे पुत्रां दे शहर आबाद फरमा ये तो हो गई दुआ जी मेरे वाजिब एहतराम पूरे पाकिस्तान की नुमाइंदगी है तमाम बानियान साहबान तशरीफ फरमाए अब आपके सामने कसीदे की दुनिया का एक बहुत बड़ा नाम कारियुल कसायद शहनशाह कसायद सुल्तानुल कसायद फखरु जाकरीन जाकरे बेबदल बहरुल मसायब शहनशाह मसायब जाकरे अहले बैत जनाब गुलाम अब्बास रतन साहब और इनके फौरन बाद एक बहुत बड़े अजीम बाप का अजीम बेटा मरहूम मकफूर आलल्ला मकाम हूँ जनाब आशिक हुसैन बी ए साहब के फरजंदे अर्जुमंद कारियुल कसायद शहनशाह कसायद बहरुल मसायब जाकरे अहले बैत जनाब नवीद अब्बास बी ए साहब आपके सामने खिताब फरमाएंगे और उनके फौरन बाद जनाब बशीर हसन सालक साहब जनाब नियाज अब्बास जोया साहब मलक अली रजा खोखर साहब आलम अब्बास भट्टी साहब जनाब मार गुलाम अब्बास जप्पा साहब ये तमाम शख्सियात मिंबर पे तशरीफ फरमाए फखरु जाकरीन जाकर बे बदल सैयद जाकरीन जनाब पीर सैयद जुरियत इमरान शिराज़ साहब तशरीफ ला रहे हैं इंशाल्लाह बहुत जल्द आपके सामने खिताब फरमाएंगे तो अब आपके सामने कसायद की दुनिया का एक बहुत बड़ा मुनफरद नाम जनाब गुलाम अब्बास रतन साहब आपके सामने खिताब फरमा रहे हैं बावाज़े बुलंद सलवा